ਉਹਨਾਂ ਦੇ ਘਰਾਂ 'ਤੇ ਇੱਦਾਂ ਗੋਲੇ ਸੁੱਟੇ ਜਾਣ ਅਤੇ ਫਿਰ ਉਹਨਾਂ ਦਾ ਕੀ ਹਾਲ। ਮੈਂ ਕੋਈ ਸਿੱਖ ਪਰਿਵਾਰ ਤੋਂ ਨਹੀਂ ਹੈਗੀ ਅਤੇ ਮੈਂ ਸ਼ਹਿਰਾਂ 'ਚ ਜੰਮੀ ਪਲੀ, ਪਰ ਮੈਨੂੰ ਇੰਨੀ ਸਮਝ ਹੈਗੀ ਆ ਕਿ ਸਾਨੂੰ ਆਪਣੇ ਕਿਸਾਨਾਂ ਨਾਲ ਖੜੇ ਹੋਣਾ ਚਾਹੀਦਾ ਆ ਅਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਕੰਮ ਆ। ਵਿਹਲਾ ਤਾਂ ਕੋਈ ਵੀ ਨਹੀਂ ਹੈਗਾ। ਇਹ ਨਹੀਂ ਆ ਵੀ ਤੁਸੀਂ ਕਹੋ ਮੈਂ ਇਕੱਲੀ ਕੁੜੀ ਆ ਹੀ ਨਹੀਂ ਸਕਦੀ ਇੱਥੇ, ਵੀ ਜਿੱਦਾਂ ਮਰਜ਼ੀ ਫਿਰੋ, ਸਾਰੇ ਭਰਾਵਾਂ ਵਾਂਗੂ ਬਾਪੂਆਂ ਵਾਂਗੂ ਸਾਨੂੰ ਟ੍ਰੀਟ ਕਰ ਰਹੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਸ਼ੰਭੂ ਬੈਰੀਅਰ ਦੇ ਉੱਪਰ ਕਿਸਾਨ ਧਰਨਾ ਲਗਾਤਾਰ ਜਾ ਰਹੀ ਹੈ। ਅੱਜ ਦਿੱਲੀ ਕੂਚ ਕਰਨਾ ਸੀ, ਜਥੇਬੰਦੀਆਂ ਨੇ ਅਗਲੀ ਕਾਲ ਦਿੱਤੀ ਹੈ ਅਤੇ ਇਸ ਧਰਨੇ ਦੇ ਵਿੱਚ ਜਲੰਧਰ ਤੋਂ ਪਹੁੰਚੀ ਹੈ ਭੈਣ। ਕੀ ਨਾਮ ਹੈ ਜੀ ਤੁਹਾਡਾ? ਕ੍ਰਿਤਿਕਾ ਵਰਮਾ। ਕਿਹੜੀ ਗੇਮ ਕਰਦੇ ਹੋ? ਵੇਟ ਲਿਫਟਿੰਗ। ਅਤੇ ਅੱਜ ਧਰਨੇ 'ਚ ਆਏ ਹੋ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦੀ ਹਾਂ ਵੀ ਸ਼ਰਮ ਆਉਣੀ ਚਾਹੀਦੀ ਸਾਡੀਆਂ ਸਰਕਾਰਾਂ ਨੂੰ, ਜਿਹੜੇ ਸਾਨੂੰ ਰੋਟੀ ਦਿੰਦੇ ਖਾਣ ਨੂੰ, ਜਿਹਨੂੰ ਖਾ ਕੇ ਅਸੀਂ ਤੁਰੇ ਫਿਰਦੇ ਹਾਂ, ਉਹਨਾਂ ਦੇ ਆਹ ਹਾਲਾਤ ਕੀਤੇ ਹੋਏ ਨੇ। ਤੁਸੀਂ ਵੇਖੋ, ਮੈਂ ਵੇਖਿਆ ਉਦੋਂ ਤੇ ਮੈਂ ਜਦੋਂ ਦੀ ਆਈ ਹਾਂ, ਮੈਨੂੰ ਘੰਟਾ ਕੀ ਹੋਇਆ ਵਾ, ਇਹਨਾਂ ਨੇ 20-25 ਗੋਲੇ ਸੁੱਟ ਛੱਡੇ ਆ, ਅਸੀਂ ਸਾਹ ਵੀ ਨਹੀਂ ਲਈਏ। ਇਹਨਾਂ ਦਾ ਮਤਲਬ ਤਾਂ ਇਹ ਆ ਕਿਸਾਨ ਮਰ ਜਾਣ ਇੱਥੇ, ਜੇ ਇੰਨੀ ਕੁ ਚੀਜ਼ ਨਹੀਂ ਇਹਨਾਂ ਦੀ ਮਾਫ਼ ਕਰ ਸਕਦੇ। ਜੇ ਮੈਂ ਇੱਕ ਕੰਮ ਕਰ ਰਹੀ ਹਾਂ, ਮੈਨੂੰ ਪਤਾ ਇਸ ਕੰਮ ਦੇ ਵਿੱਚ ਮੇਰਾ ਇੰਨਾ ਖਰਚਾ ਲੱਗਾ, ਮੇਰੀ ਇੰਨੀ ਮਿਹਨਤ ਲੱਗੀ, ਜੇ ਮੈਂ ਉਸ ਚੀਜ਼ ਦੇ ਪੈਸੇ ਆਪ ਹੀ ਨਹੀਂ ਡਿਸਾਈਡ ਕਰ ਸਕਦੀ ਤਾਂ ਫਿਰ ਮੈਨੂੰ ਮਿਹਨਤ ਕਰਨ ਦਾ ਕੀ ਫਾਇਦਾ? ਆਪਣੀ ਜਗ੍ਹਾ 'ਤੇ ਬਹੁਤ ਸਹੀ ਨੇ, ਸਾਡੀ ਸਰਕਾਰ ਨੂੰ ਸਮਝਣਾ ਚਾਹੀਦਾ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ। ਨਜਾਇਗੀ ਇਹਨਾਂ ਨੂੰ ਇੱਦਾਂ ਕੀਤਾ ਹੋਇਆ ਤਾਂ ਪਾਕਿਸਤਾਨ ਦਾ ਬਾਰਡਰ ਲੱਗਦਾ ਪਿਆ, ਮੈਂ ਉੱਥੇ ਤੱਕ ਜਾ ਹੀ ਨਹੀਂ ਸਕਦੀ, ਇੰਨੀ ਜ਼ਿਆਦਾ ਉੱਥੇ ਗੈਸ ਦੇ ਗੋਲੇ ਇਹਨਾਂ ਨੇ ਸੁੱਟ ਛੱਡੇ। ਅੱਜ ਹਰਿਆਣਾ ਸਰਕਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗੋਲੇ ਦਾਗੇ ਗਏ ਥਰੂ ਗੈਸ ਦੇ, ਲਗਾਤਾਰ ਵਾਰ-ਵਾਰ ਸੁੱਟ ਰਹੇ ਨੇ, ਕੀ ਕਹੋਗੇ ਇਹਦੇ ਬਾਰੇ? ਇਹ ਤਾਂ ਸਰਕਾਰ ਨੂੰ ਚਾਹੀਦਾ, ਜੇ ਉਹਨਾਂ ਦੇ ਘਰਾਂ 'ਤੇ ਇੱਦਾਂ ਗੋਲੇ ਸੁੱਟੇ ਜਾਣ ਤਾਂ ਫਿਰ ਉਹਨਾਂ ਦਾ ਕੀ ਹਾਲ ਹੋਊ, ਉਹਨਾਂ ਦੇ ਬੱਚੇ। ਇੱਥੇ ਵੇਖ ਲਓ ਤੁਸੀਂ, ਸਾਰੇ ਜਵਾਨ ਜਹਾਨ ਬੱਚੇ ਆਏ ਹੋਏ, ਕਈਆਂ ਦੇ ਸੱਟਾਂ ਲੱਗਦੀਆਂ, ਗੋਲੀਆਂ ਦੇ ਛਰੇ ਵੱਜਦੇ ਪਏ ਆ, ਅਤੇ ਜੇ ਇਹਨਾਂ ਦੇ ਬੱਚਿਆਂ ਦੇ ਵੱਜਣ, ਇਹ ਤਾਂ ਹਜੇ ਉਹ ਬੱਚੇ ਆ ਜਿਨ੍ਹਾਂ ਕਰਕੇ ਇਹਨਾਂ ਨੇ ਰੋਟੀਆਂ ਖਾਣੀਆਂ ਗਾਂ ਜਾ ਕੇ। ਹੋਰ ਕੀ ਨੌਜਵਾਨਾਂ ਨੂੰ ਕੀ ਸੰਦੇਸ਼ ਦਿਓਗੇ? ਅੱਜ ਦੀ ਕੂਚ ਕਰਨ ਦੀ ਕਾਲ ਸੀ ਜਥੇਬੰਦੀਆਂ ਵੱਲੋਂ, ਫਿਲਹਾਲ ਉਹਨੂੰ ਰੋਕ ਦਿੱਤਾ ਗਿਆ ਕੂਚ ਨੂੰ, ਬੈਰੀਅਰ ਤੋੜਨਾ ਸੀ ਅੱਜ, ਕੀ ਕਹੋਗੇ ਨੌਜਵਾਨਾਂ ਨੂੰ? ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ, ਦੇਖੋ ਮੈਂ ਕੋਈ ਸਿੱਖ ਪਰਿਵਾਰ ਤੋਂ ਨਹੀਂ ਹੈਗੀ, ਮੈਂ ਹਿੰਦੂ ਪਰਿਵਾਰ ਤੋਂ ਹਾਂ, ਨਾ ਸਾਡੀ ਫੈਮਿਲੀ 'ਚ ਕੋਈ ਕਿਸਾਨ ਆ ਅਤੇ ਨਾ ਸਾਡਾ ਕਦੀ ਅਸੀਂ ਪਿੰਡਾਂ 'ਚ ਰਹੇ, ਮੈਂ ਸ਼ਹਿਰਾਂ 'ਚ ਜੰਮੀ ਪਲੀ, ਪਰ ਮੈਨੂੰ ਇੰਨੀ ਸਮਝ ਹੈਗੀ ਆ ਵੀ ਸਾਨੂੰ ਆਪਣੇ ਕਿਸਾਨਾਂ ਨਾਲ ਖੜੇ ਹੋਣਾ ਚਾਹੀਦਾ ਆ। ਆਪਾਂ ਭਾਵੇਂ ਸ਼ਹਿਰ 'ਚ ਰਹਿੰਦੇ ਹਾਂ, ਭਾਵੇਂ ਪਿੰਡ 'ਚ ਰਹਿੰਦੇ, ਰੋਟੀ ਅਸੀਂ ਕਿਸਾਨਾਂ ਦੀ ਖਾਂਦੇ ਹਾਂ, ਅਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ। ਜ਼ਰੂਰੀ ਨਹੀਂ ਆ ਵੀ ਤੁਸੀਂ ਸਿੱਖ ਹੋ ਤਾਂ ਹੀ ਆਉਣਾ ਆ, ਹਿੰਦੂ ਹੋ, ਮੁਸਲਮਾਨ ਹੋ, ਕੋਈ ਵੀ ਹੋ, ਤੁਸੀਂ ਜ਼ਰੂਰ ਆਓ, ਇਹਨਾਂ ਦੀ ਹੈਲਪ ਕਰੋ, ਕਿਉਂਕਿ ਜਦੋਂ ਸਾਨੂੰ ਲੋੜ ਪੈਂਦੀ ਆ, ਸਾਡੇ ਇੱਥੇ ਫਲੱਡ ਆ ਗਏ, ਸਾਨੂੰ ਕਿਸੇ ਬਿਮਾਰ ਹੋ ਗਿਆ, ਕਰੋਨਾ 'ਚ ਆਕਸੀਜਨ ਦੇ ਸਿਲੰਡਰ ਸਾਰੇ ਇਹੀ ਦੇ ਕੇ ਜਾਂਦੇ ਰਹੇ ਆ, ਕਰੋਨਾ 'ਚ ਲੰਗਰ ਇਹਨਾਂ ਨੇ ਲਾਏ ਆ, ਅਤੇ ਹੁਣ ਜਦੋਂ ਇਹਨਾਂ ਨੂੰ ਲੋੜ ਆ ਉਦੋਂ ਅਸੀਂ ਘਰਾਂ 'ਚ ਬਹਿ ਕੇ ਅਤੇ ਟੀ ਵੀ 'ਤੇ ਵੇਖ ਕੇ ਕਈ ਵਾਰ ਨਹੀਂ ਜੀ ਇਹਨਾਂ ਨੇ ਹਾਈਵੇ ਜਾਮ ਕਰਤਾ, ਸਾਡਾ ਕੰਮ ਰੁਕਦਾ ਪਿਆ, ਆਪਾਂ ਆਹ ਗੱਲਾਂ ਕਰਦੇ ਹਾਂ ਸਾਰੇ ਘਰ ਬਹਿ ਕੇ, ਅਤੇ ਇਹਨੋਂ ਚੰਗਾ ਆਪਾਂ ਇੱਥੇ ਆਈਏ, ਇਹਨਾਂ ਦੀ ਹੈਲਪ ਕਰੀਏ ਤਾਂ ਕਿ ਇਹਨਾਂ ਦਾ ਮਸਲਾ ਛੇਤੀ ਤੋਂ ਛੇਤੀ ਹੈ ਨਾ ਨਿਪਟੇ, ਇਹਨਾਂ ਨੂੰ ਵੀ ਸਾਰਿਆਂ ਨੂੰ ਕੰਮ ਆ, ਵਿਹਲਾ ਤਾਂ ਕੋਈ ਵੀ ਨਹੀਂ ਹੈਗਾ। ਪਰਿਵਾਰ 'ਚ ਤੁਸੀਂ ਇਕੱਲੇ ਹੀ ਆਏ ਹੋ ਧਰਨੇ 'ਚ ਹਾਜ਼ਰੀ ਲਵਾਉਣ ਲਈ, ਇਹਨਾਂ ਨੂੰ ਸਮਰਥਨ ਦੇਣ ਲਈ? ਹਜੇ ਤਾਂ ਮੈਂ ਇਕੱਲੀ ਆਈ ਹਾਂ ਅਤੇ ਕੋਸ਼ਿਸ਼ ਕਰ ਰਹੀ ਆਪਣੇ ਪਰਿਵਾਰ ਨੂੰ ਵੀ ਇੱਥੇ ਲੈ ਕੇ ਆਵਾਂ, ਉਹਨਾਂ ਨੂੰ ਵੀ ਸਾਰਿਆਂ ਨੂੰ ਕਹਾਂ ਜਿੰਨਾ ਜ਼ਿਆਦਾ ਹੋ ਸਕੇ ਸਾਰਿਆਂ ਨੂੰ ਇੱਥੇ ਲੈ ਕੇ ਆਵਾਂ। ਤੇ ਅੱਜ ਤੁਸੀਂ ਪਹਿਲੇ ਦਿਨ ਆਏ ਹੋ ਜਾਂ? ਹਾਂਜੀ ਮੈਨੂੰ 1 ਘੰਟਾ ਹੀ ਹੋਇਆ ਜੀ ਆਈ ਨੂੰ ਇੱਥੇ। ਹਾਂਜੀ ਪਰਿਵਾਰ ਨੇ ਇਜਾਜ਼ਤ ਦਿੱਤੀ ਆਉਣ ਦੀ ਇਕੱਲਿਆਂ ਇੱਥੇ ਧਰਨੇ ਦੇ ਵਿੱਚ? ਹਾਂਜੀ ਇੰਨਾ ਕੁ ਤੇ ਚਲੋ ਮੈਂ ਉਹਨਾਂ ਨੂੰ ਮਨਾਇਆ, ਮੈਂ ਕਿਹਾ ਮੈਂ ਅੱਜ ਜਾ ਕੇ ਮੈਂ ਤੇ ਜ਼ਰੂਰ ਜਾਣਾ ਹੀ ਜਾਣਾ ਵਾ, ਬਾਕੀ ਤੁਸੀਂ ਵੀ ਆਪਣਾ ਬਣਾਓ। ਕਿਹੋ ਜਿਹਾ ਮਾਹੌਲ ਹੈ ਧਰਨੇ ਦੇ ਵਿੱਚ ਧੀਆਂ ਭੈਣਾਂ ਦੇ ਲਈ, ਕੀ ਕਹਿਣਾ ਚਾਹੋਗੇ, ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ ਮੈਂ ਇਕੱਲੀ ਤੁਰੀ ਫਿਰਦੀ, ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਮੈਨੂੰ ਕੋਈ ਗੱਲ ਕਹੀ ਹੋਏ, ਸਗੋਂ ਸਾਰੇ ਹੱਸ ਕੇ ਬੁਲਾਉਣ ਰਹੇ ਆ, ਮੈਨੂੰ ਪਾਣੀ ਚਾਹੀਦਾ ਸੀ, ਪਾਣੀ ਮੇਰੇ ਵਾਸਤੇ 10 ਬੋਤਲਾਂ ਹਾਜ਼ਰ ਆ, ਵੀ ਇਹ ਨਹੀਂ ਆ ਵੀ ਤੁਸੀਂ ਕਹੋ ਮੈਂ ਇਕੱਲੀ ਕੁੜੀ ਆ ਹੀ ਨਹੀਂ ਸਕਦੀ ਇੱਥੇ, ਤੁਸੀਂ ਜਿੱਦਾਂ ਮਰਜ਼ੀ ਫਿਰੋ, ਸਾਰੇ ਭਰਾਵਾਂ ਵਾਂਗੂ ਬਾਪੂਆਂ ਵਾਂਗੂ ਸਾਨੂੰ ਟ੍ਰੀਟ ਕਰ ਰਹੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੇ ਇੱਥੇ ਰਾਤ ਰਹਿਣਾ ਹੋਵੇ, ਕਹਿੰਦੇ ਤੁਸੀਂ ਸਾਡੀ ਧੀ ਹੋ, ਜਿੱਥੇ ਮਰਜ਼ੀ ਰਹੋ, ਤੇ ਮਤਲਬ ਤੁਸੀਂ ਆਰਾਮ ਨਾਲ ਆ ਸਕਦੇ, ਕਿਸੇ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਜੇ ਬੈਰੀਅਰ ਤੋੜਿਆ ਗਿਆ, ਦਿੱਲੀ ਗਏ, ਫਿਰ ਦਿੱਲੀ ਵੀ ਜਾਓਗੇ? ਜ਼ਰੂਰ ਜ਼ਰੂਰ, ਮੈਂ ਤਾਂ ਆਈ ਤਾਂ ਵਾ।
ਵੀ ਮਤਲਬ ਆਪਾਂ ਪੂਰਾ ਇੱਥੇ ਸਾਥ ਦੇ ਕੇ ਫੇਰ ਜਾਣਾ ਆ। ਸੋ ਦੇਖਿਆ ਤੁਸੀਂ, ਇਹ ਭੈਣ ਜਲੰਧਰ ਤੋਂ ਆਈ ਹੈ, ਸਪੋਰਟਸਮੈਨ ਹੈ, ਵੇਟ ਲਿਫਟਿੰਗ ਕਰਦੀ ਹੈ ਔਰ ਕਿਸਾਨਾਂ ਨੂੰ ਸਮਰਥਨ ਦੇਣ ਲਈ ਸ਼ੰਭੂ ਬੈਰੀਅਰ ਦੇ ਉੱਪਰ ਧਰਨੇ ਦੇ ਵਿੱਚ ਪਹੁੰਚੀ ਹੋਈ ਹੈ। ਆਪਣੇ ਸਹਿਯੋਗੀ ਸੰਦੀਪ ਦੇ ਨਾਲ ਅਸ਼ਰਫ ਟੁੱਡੀ, ABP ਸਾਂਝਾ, ਸ਼ੰਭੂ ਬੈਰੀਅਰ।